आए हाय नंद का है नहीं यार ठीक है ठीक है मैं कट साई दा ओ यार बरा चला देना यार मैं चला ओ यार बरा वीडियो सबसे पहले देखने के लिए चैनल को सब्सक्राइब करें, घंटी का बटन ऑल पे कर दे ताकि सभी नोटिफिकेशन आप तक सबसे पहले पहुंच जाए। धन्यवाद। यदा बई भी छड़ परे तेरा ब्याह भी छड़ परे 25,000 दी बकरी पा ओदा 500 वाला 1000 रुपए वाला हां मैं 5 मैं होना 1000 ना फिर जे सयाने जे बंदे ना हां 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 सही हैं ठंड चढ़ गई रख के दस हुन कोई गल नहीं बाकी जो फॉरवर्ड भी हैगा हैगा तू जेहे ते लवे जाके हो गया ए ते किवें हो गया जांदी ਇਹੀ ਪਤਾ ਨਹੀਂ ਰਬੀਆਂ ਵੀ ਚੁੰਗੇ ਜਾਂ ਨਾ ਚੁੰਗਾ ਆਪਾਂ ਤਾਂ ਖੇਤਰ ਡਰੇ ਨਹੀਂ ਹੈਗੇ ਉੱਪਰ 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 ਥੱਲੋਂ ਥਣ ਤਾਂ ਜੀ ਕੇ ਚੁੰਗੇ ਉੱਪਰ ਫੜ ਕੇ ਦੇਖੀ ਉੱਪਰ ਲਿਆ ਦੋਏ ਪਾਸੇ ਜਾਂਦੀ ਇੱਕ ਸਾਈਡ ਇੰਨੀ ਭਾਰੀ ਇੱਕ ਸਾਈਡ ਇੰਨੀ ਸੁੰਗੜੀ ਪਈ ਜਿਹੜੀ ਮੰਡੀ ਦੇ ਵਿੱਚ ਕੀ ਹੁੰਦਾ ਹੈਗਾ ਕੋਈ ਕੋਈ ਖਾਣ ਕਰਕੇ ਦੇ ਗਿਆ ਤੁਸੀਂ ਬੰਦੇ ਸਿੱਧੇ ਖਾਦੇ ਹੋ ਆਪਾਂ ਕਰਦਾ ਹੈ ਲਾਈਵ 'ਚ ਤੁਹਾਨੂੰ ਨਹੀਂ ਪਤਾ ਤਰੀਕੇ ਦਾ ਪਾਲੀ ਕੀ ਕਰਦੇ ਨੇ ਜਿਹੜਾ ਬੜਾ ਖਾਣਾ ਉਹ ਚੋਣਦੇ ਨੇ ਇੱਕੋ ਜਿਹੇ ਹੋ ਗਏ ਤੜਕ ਰਾਤ ਵੀ ਬੱਕਰੀ ਦਾ ਬਜਾਉਣ ਵੀ ਬਾਜ਼ਾਰ ਆ ਇਹ ਦੁੱਧ ਤੜਕੇ ਵਾਲੀ ਆ ਮੈਂ ਦੇਖ ਲਾ ਦੁੱਧ ਇੱਕ ਖੜੀ ਬੱਕਰੀ ਲੱਗੀ ਬੱਕਰੀ ਦੱਸ ਰਿਹਾ ਬੱਕਰੀ ਇੱਕ ਖੜੀ ਹੈਗੀ ਜੇ ਬੱਕਰੀ ਐ ਹੁੰਦੀ ਉਹ ਮੈਨੂੰ ਪਤਾ ਬੱਕਰੀ ਨਹੀਂ ਨਹੀਂ ਝੂਠ ਝੂਠ ਕਿਉਂ ਮਾਰੇ ਜਾਂਦੀ ਬੱਕਰੀ ਦੱਸ ਮੈਨੂੰ ਮੈਨੂੰ ਆਪ ਵੀ ਬੱਕਰੀ ਦੱਸ ਰਹੀ ਹੈ ਵੀ ਦੁੱਧ ਤਾਂ ਚੁੰਗਾ ਵੀ ਹੋਇਆ ਮੈਨੂੰ ਇਹ ਵੀ ਤੜਕੇ ਤੜਕੇ ਲੋਕੀ ਹੈਗੇ ਤੜਕੇ ਵਾਲੀ ਦੇ ਵਾਲੇ ਮੁੰਡੇ ਹੁਣ 11 ਵਜੇ ਨੇ ਤੜਕੇ ਵਾਲੀ ਹੈ ਹੁਣ ਰਾਹ ਪਾ ਦੇ ਕੱਲ੍ਹ ਕੋਈ ਪਾ ਦੇ ਫਿਰ ਨਾ ਕਹੀ ਵੀ ਮੇਰੀ ਬੱਕਰੀ ਵਿਕਣ ਵੀ ਵੇਚੀ ਨਹੀਂ ਇਹ ਤਾਂ ਹੁਣ ਬਾਈ ਘੱਟ ਹੋਇਆ ਚੱਲਣਾ ਪਊਗਾ ਮਾੜਾ ਜਿਹਾ 40,000 ਦਾ ਬੱਕਰੀ ਭਾਈ ਸ਼ਰੇ ਕੱਢ ਆਉਂਦੀ ਹੈ ਬੱਚਾ ਇੱਕ ਨਾਲ ਥਣ ਚੱਕੀ ਖੜੀ ਆ ਜੀ ਸੋਨੂੰ ਵੀ ਪਤਾ ਜੀ ਉਹਦਾ ਤੂੰ ਵੱਡੇ ਵੱਡੇ ਨਹੀਂ ਜੀ ਉਹਦਾ ਛੱਡੋ ਇਹ ਤਾਂ ਹੁਣ ਤੁਸੀਂ ਦੱਸੋ ਜਿਹਦਾ ਬਈ ਤੈਨੂੰ ਕਹਾਂ ਗਿਆ ਫਿਰ ਮੈਂ ਕੁਛ ਕਹਾਂ पशु बेचना ਕਿਹੇ ਦਰੀ ਬੱਕਰੀ ਆ 40 ਹੁਣ ਜਹਾਜ਼ ਚੜਦਾ ਤੂੰ ਵਿਕਾ ਦੇ ਜਹਾਜ਼ ਚੜਾਈਏ ਉਹਨੂੰ ਬਾਹਰ ਕਰ ਜਹਾਜ਼ ਫਿਰ ਹੜ ਜਾਈਦਾ ਨਾ ਕਿਹੜਾ ਜਹਾਜ਼ ਕਰਦੇ ਹਰ ਜੂਗਾ ਤੇ ਵੇਚ ਕੇ ਬਰਾ ਕਰੋ ਉਹਦਾ ਕੀ ਜਾ ਉਹਦਾ ਕੱਲ ਗਾਂ ਸੀ ਉਹ ਵੀ ਦੇਤੀ ਆ ਘੋੜੀ ਇਧਰ ਉਹ ਵੀ ਵੇਚਤੀ ਆ ਫੇਰ ਵੀ ਬੱਚੋ ਬਰਾ ਕੱਠ ਹੋ ਗਿਆ ਬੱਕਰੀ ਵੇਚਦਾ ਵਧੀਆ ਰਹੇ ਆ ਇਹ ਹੁੰਦਾ ਮੌਕਾ ਸਾਡਾ ਜੈਜ ਦਾ ਗੱਲ ਕਰ ਪਰ ਜੈਜ ਨਾ ਥਾਣੇ ਕਿ ਖੜੀ ਆ ਬੱਕਰੀ ਯਾਰ ਵੱਡਾ ਨੋਕ ਚਾ ਬਾਈ 25 ਅਗਲੇ ਸੂਏ ਤੇ ਜਾ ਕੇ ਜੈਜ ਕਰ ਪਤਾ ਨਹੀਂ ਕੀ ਹੋਊਗੀ ਨਾ ਜੈਜ ਕੀ ਹੁੰਦਾ ਤੂੰ 45 ਦਾ ਤੂੰ ਦੱਸ ਜੈਜ ਆ 45 ਕਹਿੰਦਾ ਤੂੰ ਪਲਾਂ ਕਰ ਤੁਸੀਂ ਦੋਨੇ ਜੈਜ ਆਪੇ ਆਜੋ ਹਾਂ ਸਹੀ ਗੱਲ ਆਪੇ ਟਿਕਾਣੇ ਤੇ ਆਜੋ ਆਪੇ ਕੋਈ ਨਹੀਂ ਆਪੇ ਤੂੰ ਕਰਨਾ ਮੈਂ ਤਾਂ ਪਤਾ ਵੀ ਜਿਸ ਨਹੀਂ ਮੈਂ ਤਾਂ ਪਤਾ ਵੀ ਜਿਸ ਦੀ ਬੱਕਰੀ ਵਿਕੂਗੀ ਉੱਥੇ ਤੱਕ ਬੱਕਰੀ ਨੇ ਵਿਕਣਾ ਹੈਗਾ ਜੇ ਉਸ ਤੋਂ ਬਾਅਦ ਮੁੱਲ ਲਾ ਗਿਆ ਮੈਂ ਮੰਡੀ ਉਹਨੂੰ ਹਟ ਜੂ ਕੰਮ ਸਾਡਾ ਰੋਜ਼ ਦਾ ਨਹੀਂ ਮੈਂ ਮੇਰਾ ਕਿੱਤੀ ਕਰਿਆ ਹੋਇਆ ਜਾਂਦੇ ਦਾ ਜਿਹੜਾ ਕਿੱਤਾ ਹੋਵੇ ਆਹ ਬਾਹਣ ਮੇਰੇ ਪਤੀ ਮੈਨੂੰ ਕਣਕ ਕਦੋਂ ਆ ਗਈ ਕਦੋਂ ਵੱਢੀ ਗਈ ਨਹੀਂ ਜਿਹੜਾ ਕੰਮ ਕਰਦਾ ਹੋਇਆ ਬੰਦਾ ਮੈਨੂੰ ਪਤਾ ਮੇਰਾ ਕਿੱਤਾ ਇਹ ਮੇਰੇ ਪੈਸੇ ਦੀ ਬੱਕਰੀ ਹੈ ਇਹ ਇੱਥੇ ਜਾ ਕੇ ਵਿਕਣਾ ਬੱਕਰੀ ਨੇ ਹੁਣ ਤੂੰ ਤਾਂ ਬੰਦਾ ਵਾਲੀ ਮਾਰ ਕੇ ਖੜ ਗਿਆ ਮੈਂ ਹੁਣ ਤੈਨੂੰ ਭੰਨੇ ਜਾਊ ਬੰਦੇ ਨੂੰ ਜਿਹੜਾ ਪਾਲੀ ਹੁੰਦਾ ਸਭ ਕਰਨਾ ਔਖਾ ਹੁੰਦਾ ਹੈਗਾ ਸਰਦਾਰ ਜੀ ਜਿਹੜਾ ਪਾਲੀ ਹੋਊਗਾ ਸਭ ਕਰਨਾ ਔਖਾ ਹੈਗਾ ਜਿਵੇਂ ਤੁਸੀਂ ਆ ਗਏ ਤੁਹਾਨੂੰ ਮੈਂ ਕਿਵੇਂ ਥੱਲੇ ਭੰਨੀ ਜਾਊਂਗਾ ਹੁਣ ਪਰ ਪਾਲੀ ਨੂੰ ਮੈਂ ਹਰ ਨੂੰ ਮੈਂ ਕਿਵੇਂ ਲਾਹੂੰਗਾ ਉਹ ਗੁੱਸਾ ਨਹੀਂ ਆ ਭਾਈ ਮੈਂ ਬਾਕੀ ਦੇ ਬੰਦਾ ਖੁਸ਼ ਹੈਗਾ ਤੂੰ ਬੰਦਾ ਲਿਹਾ ਜਾ
ਇਹ ਵੀ ਲਾ ਬੰਦਾ ਆਪਾਂ ਖੁਦ ਦਵਾ ਕੇ ਵੀ ਹੁਣ ਹੱਬਾ ਬਣ ਜੇ ਕਹੋ ਜੀ ਆਪਾਂ ਇਹੀ ਆਪਾਂ ਇਹੀ ਹੈਗਾ ਜੇ ਤੁਸੀਂ ਦੋਨੀ ਆਏ ਖੜ ਕੇ ਪੁੱਛ ਲੈ ਫਿਰ ਰਹਿ ਲਾਂਗੇ ਜੀ ਕੋਈ ਹਾਂ ਰਾਹ ਦੇ ਮਾੜਾ ਕੋਈ ਜ਼ਿਆਦਾ ਨਹੀਂ ਨਿਕਲਦੀ ਇਹ ਚੋਂ ਕੰਨ ਚ ਫੋਕ ਮਾਰ ਦੱਸਿਆ ਤਾਂ ਇਹ ਤਾਂ ਹੋਰ ਕਰ ਲਾ ਜੇ ਕਿੰਨੇ ਕਰਨ ਕੋਣੇ ਘਟਾ ਲਾ ਲੈ ਇੱਥੇ ਤੱਕ ਬੜਾ ਫਰਕ ਕਰੀ ਗਿਆ ਚੱਲ ਜੀ ਉਹ ਨਾ ਹੁੰਦਾ ਚੱਲ ਜੀ ਆਪਾਂ ਚਲਾ ਵੀ ਦੇਵਾਂਗੇ ਬੰਦੇ ਨਜਾਣ ਨੇ ਨਹੀਂ ਇਹ ਤਾਂ ਅਣਜਾਣ ਨੇ ਫਿਰ ਆਪਾਂ ਨਾ ਕਿਦਾਂ ਕਰੀਏ ਬੜਾ ਫਰਕ ਧੋਖਾ ਕੀ ਆ ਮੰਡੀ ਵਿੱਚ ਬੰਦਾ 100 ਰੁਪਏ ਵਿੱਚ ਇੱਕ ਹੀ ਸਾਫ ਹੋਊਗਾ ਸਾਰੇ ਦੂਜੀ ਨੇ ਨਾ ਮੈਂ ਇਹ ਗੱਲ ਕਹਿ ਕੇ ਦਿੰਨਾ ਜਿਹਨੂੰ ਦੇਊਂਗਾ ਜਿਹਨੂੰ ਵਿੱਚੋਂ ਲਾਈਵ ਦੱਸ ਰਿਹਾ ਪਹਿਲਾਂ ਦੱਸ ਕੇ ਦੇਊਂਗਾ ਵੀ ਥਾਂ ਉੱਚਾ ਨਹੀਂ ਮੈਂ ਮੈਂ ਲਾਈਵ 'ਚ ਹੀ ਬੋਲ ਪੈਣਾ ਠੀਕ ਹੈ ਨਾ ਤਾਂ ਤੇਰੀ ਮਰਜ਼ੀ ਆ ਚੁੰਗਿਆ ਹੋਇਆ ਪਰ ਨਹੀਂ ਥਾਂ 'ਚ ਫਰਕ ਆ ਇਹਦਾ ਤਾਂ ਨਹੀਂ ਆਇਆ ਨਹੀਂ ਹੈ ਇਹਦਾ ਤੇਰੀ ਮਰਜ਼ੀ ਆ ਇੱਥੇ ਇੱਥੇ ਭੰਦੇ ਨਾ ਬੰਦੇ ਨਹੀਂ ਅਲੀ ਨਹੀਂ ਸੋਨੂੰ ਨਹੀਂ ਪਤਾ ਹੋਣਾ ਜੀ ਬੱਚਾ ਚੁੰਗਦਾ ਤੁਸੀਂ ਰਹਿ ਜਾਂਦਾ ਪਰ ਫਰਕ ਆ ਉਹ ਤੁਸੀਂ ਜਿਹਨੂੰ ਕੋਈ ਲੱਗਦਾ ਚੈੱਕ ਕਰਕੇ ਦੇ ਸਕਦਾ ਸਰਦਾਰ ਚਾਚੇ ਨੂੰ ਪਤੀ ਆ ਹੈਗਾ ਹੈ ਜਾਂ ਜਿਹਦੇ ਨੇ ਬੱਕੀ ਲੱਤੀ ਹੈ ਚਲ ਮਾਰ ਛਾਲ ਹੋਣਾ ਉਹ ਦੱਸ ਤੂੰ ਸਹੀ ਸਹੀ ਹੁਣ ਕੀ ਕਰ ਯਾਰ ਇਹ ਮੰਨ ਨਹੀਂ ਚੱਲਣ ਵੀ ਰਹਾ ਹੁਣ ਮਾਰ ਆਪਣੀ ਚੱਲਣ ਲੈ ਆਪਾਂ ਵੀ ਦੇਣੀ ਆ ਭਰਾਵਾ ਅੱਗੇ ਕਿਸ ਨੂੰ ਮੇਰਾ ਜੀ ਕਰ ਉਹਦੇ ਮੈਂ ਕਰਨ ਕਿਉਂ ਨਾ ਸੌਦੀ ਕਰਾਉਣਾ ਮਾਰ ਮਾਰ ਕੇ ਭਾਜਾ ਤੂੰ ਵੇਖੀ ਜਾ ਕੇ ਆ ਲੈ ਇਹ ਤਾਂ ਮਾਰ ਨਹੀਂ ਇਹ ਗਾਂ ਭਾਜੇ ਬੱਕਰੀ ਮੈਨੂੰ ਨਹੀਂ ਜਾਣ ਦਿੰਦੇ ਤੂੰ ਭਾਵੇਂ ਭਾਜੀ ਇਹਨੂੰ ਨਹੀਂ ਜਾਣ ਦਿੰਦੇ ਮਤਲਬ ਜੇ ਹੱਥ ਖੜਾ ਨੂੰ ਮਤਲਬ ਸਰ ਜਾਜਾ ਸੈਟ ਕੀ ਕਰਦਾ ਮਾਰ ਕੇ ਭਾਜਾ ਇਹਨੂੰ ਅਸੀਂ ਆਪੇ ਮਾਰਾਂਗੇ 10 26 ਦੋ ਕੋਈ ਜਦ ਥੋੜੀ ਮਾਰ ਲਾ ਨਹੀਂ ਮਾਰਾ ਫਿਰ ਨਹੀਂ ਫਿਰ ਹੁਣ ਮੈਂ 24 ਦਿਨ ਕਹਿਣ ਲੱਗਿਆ ਹੈਗਾ ਫੋਨ ਮਾਰ ਕੇ ਬੰਦਾ ਇਹ ਵੀ ਆਪਣੇ ਚੱਲਣੀ ਇਹ ਵੀ ਬੰਦਾ ਮਾਰਨਾ ਰਾਜਾ ਪਾ ਦੇ ਵੱਡੇ ਵੱਡੇ ਸਦਾਗਰ ਚੱਲ ਫਿਰ ਕਰ ਦੇ ਮੈਂ ਤੈਨੂੰ ਰਾਹ ਨੂੰ ਭਰਾਵਾ ਹਰ ਜੀ ਅਸੀਂ ਵੀ ਪਾਉਣੀ ਆ ਕੇ ਅਸੀਂ ਪੂਰੇ ਲਾ ਪੱਕਾ ਲੱਗ ਜਾ ਖੜਾ ਹੈ ਪੱਕਾ ਮੁੱਲ ਲਾ ਦੇ ਕਹਿੰਦਾ ਖੜ ਜਾਗਾ 40 ਦਾ ਜੇ 40 ਜਾਂਦੇ ਨਹੀਂ ਜਾਂਦੀ ਹੈਗੀ ਬਾਈ ਰੱਬ ਕੀ ਕਰੂਗਾ ਆਪਾਂ ਵੀ ਕਰੀਏ ਕੁਛ ਤਾਂ ਤੂੰ ਕਰੇਗਾ ਤੈਨੂੰ ਵਿਚੋਲਾ ਕਾਹਦੇ ਤੇ ਹੁੰਦਾ ਉਹ ਤਾਂ ਹੁਣ ਕਹਿਣ ਡਿਆ ਕਰ ਦੇ ਉਹ ਤਾਂ ਕਹਿੰਦਾ ਖੜ ਲਾ ਨਹੀਂ ਰੱਖ ਲਾ ਕੇ ਪਤਾ ਨਾ ਲੱਗੇ ਨਾ ਹੀ ਕਰੂਗਾ ਵੀ ਤਾਂ ਇਹ ਮੈਂ ਉਹਨੂੰ ਅੱਗੇ ਕਹਿੰਦਾ ਮੈਨੂੰ ਮੇਰੇ ਕੰਨ 'ਚ ਫੂਕ ਮਾਰ ਮੈਨੂੰ ਕਹਿੰਦਾ ਸੀ ਇਹ ਕਹਿੰਦਾ ਵੀ ਇੱਥੇ ਕਰਦੇ ਮੈਂ ਇੱਥੇ ਹੋ ਜਾਂਦੇ ਮੈਂ ਨਹੀਂ ਹੁੰਦੀ ਆਪਣੇ ਮੇਰੇ ਕੰਨ 'ਚ ਫੂਕ ਮਾਰ ਤੂੰ ਦੱਸੋ ਜਾਂ ਦੱਸੋ ਮਾਰ ਦੇ ਫੂਕ ਮਾਰ ਫੂਕ ਇੱਥੇ ਬਸ ਫੂਕ ਵੱਜ ਗਿਆ ਦੇਖਿਓ ਤੈਨ ਚੜਾਈ ਕਹਦੇ ਉਹ ਬਕਰ ਲਗਾ ਕੇ ਬੋਗ ਜਾ ਮਗਾ ਤੇਰੇ ਉੱਤੇ ਲੈ ਆਵਾਂ ਚਾਚਾ ਬੱਕਰ ਉੱਤੇ ਚੜਨ ਲੱਗੇ ਲੋ ਜੀ ਬੱਕਰਾਂ ਨਾਲ ਮਰ ਨਹੀਂ ਚਾਚਾ ਮੈਂ ਕਿ ਸ਼ਰਾਬੀ ਆ ਲੈ ਤੈਨੂੰ ਲੈ ਭਾਈ ਤੋਂ ਸੁਣਿਆ ਬਾਈ ਸੱਬੀ ਲੈ ਦੀ ਸਦਾਈ ਦੀ ਪਾ ਲੈ ਕਿਉਂ ਕੀ ਹੋ ਗਈ ਗੱਲ ਬਸ ਨਹੀਂ ਇਹ ਵੀ ਕਹਿਤਾ ਸਤਾਈ ਹਾਂ ਦੁਗਾਹ ਪੈਸੇ ਨਾ ਲਈ ਐ ਕੋ ਭਾਈ ਦਾ ਖੜਤਾ ਯਾਰ ਫਿਰ ਭਾਈ ਉਹਦਾ ਕੀ ਫਾਇਦਾ ਮੈਂ ਹੁਣ ਇੱਥੇ ਸੌਦਾ 2 ਘੰਟੇ ਖੱਪੀ ਜਾਵਾਂ ਬਾਅਦ ਚ ਮੈਂ ਖੱਪ ਨੂੰ ਖੜ ਗਿਆ ਤੇਰਾ ਦੇਖੇ ਮੈਂ ਖੜ ਗਿਆ ਬਸ ਠੀਕ ਹੈ ਫਿਰ ਤੂੰ ਕਹਿਤਾ ਠੀਕ ਆ ਦੇਖੋ ਜੀ ਪੈਸੇ ਕਿੰਨੇ ਦਾ ਚੱਲ ਪੈਸੇ ਦਾ ਕੱਢ ਬਾਹਰ ਦੇਖ ਲੈ ਕਿੰਨੇ ਕਨੇ ਪੈਸੇ ਤਾਂ ਜਦੋਂ ਮਰ ਕੇ ਦੇ ਦੀ ਬਣਾ ਦੇ ਐ ਮੁੜ ਕੇ ਮੈਂ ਜੂ ਜ਼ਿੰਮੇਵਾਰੀ ਨਹੀਂ ਹੈਗੀ ਖੋਲਾਂਗੇ ਰੱਸੀ ਬਾਅਦ ਚ ਪਹਿਲਾਂ ਪੈਸੇ ਬਾਜੀ ਬੋਟ ਬੰਦ ਕਰੇ ਜੀ ਮੇਰੀ ਕੋਈ ਜ਼ਿੰਮੇਵਾਰੀ ਹੈਗੀ ਬਾਤ ਬੂਝ ਵੀ ਹਜ਼ਾਰ ਵੇਚਣੀ ਹੈ ਉਦੋਂ ਥੱਲੇ ਲੱਗ ਜਾ ਤੂੰ ਤੂੰ ਵੀ ਸਾਡਾ ਕਲਾੜੀ ਜ਼ਿਆਦਾਦਾਰ ਹੁੰਦੇ ਨੇ ਪਾਣੀ ਵਾਲੇ ਸਾਡੇ ਪਿੰਡ ਜ਼ਿਆਦਾਦਾਰ ਨੇ ਕਿਸੇ ਨੂੰ ਪਾਣੀ ਨਹੀਂ ਦਗਾ ਇੰਨਾ ਵੀ ਵੱਢਣ ਦਿੰਦੇ ਹੈਗੇ ਆਪਣੇ ਤਾਂ ਖੂਨ 'ਚ ਹੀ ਨਹੀਂ ਹੈਗਾ ਐ ਨਹੀਂ ਜ਼ਿਆਦਾ ਵੀ ਜ਼ਿੰਮੇਵਾਰੀ ਹੁੰਦੀ ਹੈ ਆਪਣੇ ਤਾਂ ਖੂਨ 'ਚ ਹੀ ਨਹੀਂ ਹੈਗਾ ਨਹੀਂ ਕਾਨੂੰਨ ਦਾ ਕਾਨੂੰਨ ਨਹੀਂ ਹੁੰਦਾ ਕਾਨੂੰਨ ਨਹੀਂ ਹੁੰਦਾ ਜ਼ਿਆਦਾਰੀ ਜ਼ਿਆਦਾਰੀ ਕਾਹਦੀ ਹੋ ਗਈ ਫਿਰ ਹਜ਼ਾਰ ਤਾਂ ਨਹੀਂ ਪਤਾ ਪਾਉਂਦਾ ਨਹੀਂ ਯਾਰ 23,000 ਦੀ ਤੂੰ ਖੜ ਗਈ
ਹਟ ਜਾ ਹਟ ਜਾ ਇੱਕ ਮਿੰਟ ਰੁਕਦਾ ਸੀ ਰਾਇਆ ਕਰਦੇ ਨੇ ਉਹ ਰਾਇਆ ਕਰਦੇ ਨੇ ਖੜ ਜਾ ਯਾਰਦਾਰ ਆ ਦੋ ਮਿੰਟ ਖੜਦਾ ਜਾ ਹੁਣ ਸਲਾਹ ਕਰਦੇ ਦੋ ਮਿੰਟ ਜਿਗਰਾ ਤਾਂ ਤਾਪੀ ਉਹ ਮਾਰ ਕੇ ਆਇਆ मतलब होर भी पैसे फिर घट पैसे ने बंदे भी मर जाते ने बाबा अज बाबा तो है नहीं यार कोई ना मार से करा दांगे मार से मुल होई है ओ यार दारू मारियो लॉस गवर्नमेंट कर ला मैं कर रहा हूं चाचा चल चल की हो गया आओ दर्शन साहब जी तेरी काल हो दी उठ हो दी ओ लग जा दारू बुलाई है नहीं लैनी है नहीं छोड़ी पाएं अन्नी कर दो चाचा बोली बोली सेम नु भेजी ओ चाचा ए हट जा बोले माइक दा बोले जा दारू अभी के गाली कर ले तू आ बोल कि टंगी फिर तक उधर बोल मूह उधर कर हेलो ले जाओ खाली है चला यार बापी नो पैसे होगी बंदे पूरा पंजी नी पी जो हां कर ना कर दे फैनी लगा हा पाई जिन्ने पैसे लगे ने गांचनिया बकरी जे इन्ने दिन पुगे फिर बुला देना एदू गांह तो देख भरावा पंजी करी वादी गांह बकरी जब मैं हां करनी ना कर मैं उसे गांह होर कराने ने मतलब गाहक बहुत अज टाइम आता कि जब हां कर ना कर रोटी रख लो आज रखो रखो भाई बेच दो मन तो है नहीं यार बकरी दिखी नहीं बकरी बकरी
ਪਤਾ ਨਹੀਂ ਮੈਨੂੰ ਛੇਲਾ ਦਾ मुल्लापुर मंडी है जी, जिला लुधियाना राज्य पंजाब। हर शनिवार एवरी सैटरडे को मंडी शुरू हो गई है जी। ये देखिए एक बकरा साथ में, बकरी काफी शानदार इसका सौदा हो गया जी। देखिए काफी बढ़िया बकरी और बच्चा।